हेलो। हाँ जी, सत श्री अकाल जी। की हाल चाल आ? होप करते हैं कि सारे राजी खुशी होवोंगे। हाँ जी, अज गल करते हैं जी आप पुर्तगाल दी, कि पुर्तगाल दे की हालात आ, की सिस्टम चल रहा इस वेले। देखो जी, पुर्तगाल तो एक बड़ी ही जिदा कह दिए कि माड़ी खबर आई आ। जिहड़े नवें बंदे आने वाले सी जां जिहड़े दूजियां कंट्रियां विच बैठे उन्होंने पुर्तगाल आ के पेपर लाने सी, उन्हां वास्ते थोड़ी शॉकिंग न्यूज़ आ। पुर्तगाल जिहड़ी आ अपने है ना इमीग्रेशन नूं क्लोज़ कर रही आ। इन्हां ने डेडलाइनस वगैरह दे दित्तियां अपनियां ते इमीग्रेशन नूं क्लोज़ करन दीआं। ते जिहड़े मेरे वीर भैण भरा अगे दूजे मुल्कां दे विच रहि के जां इलीगल कितें डोंकी ला के इत्थे आउंदे सीगे ते उन्हां नूं पेपर मिल जांदे सी। मान लो तुसीं सर्बिया थानी डोंकी ला के आ गए हो, जां तुसीं क्रोएशिया तों डोंकी ला के आ गए, जां किसी होर हंगरी तों आ गए हो, तुहाडे कोल पहलां पेपर है नहीं किसी भी कंट्री दे, ते तुहाडे कोल कल्ला पासपोर्ट हुंदा सी ते तुसीं अपने पेपर इत्थे आण के अप्लाई कर सकदे सी। ते पुर्तगाल 1-1.5 साल दे विच तुहानूं इमीग्रेशन क्लीयर करके तुहानूं पेपर दे दिंदी सी। बट ये हुण सिस्टम क्लोज़ कर रहे आ, चेंज हो रहा जी। जिहड़ी सैफ सी इहनां दी, इमीग्रेशन डिपार्टमेंट है जिहड़ा, उहनूं सैफ कहिंदे थे, ठीक है जी। वो सैफ जिहड़ी आ अपने हुण इहे क्लोज़ कर रहे आ, अक्तूबर दे विच बंद हो रही आ। सिर्फ बंद होने के नाल जिहड़े अपने नवें बंदे आने वाले आ, जिहड़े इलीगल बंदे इत्थे आंदे सी पुर्तगाल दे विच जां दूजियां कंट्रियां दे विच बैठ के ते पेपर भरदे सीगे अपने इत्थे, चलो बन जांदे सी पेपर। अगे एक पुर्तगाली सीगा जिहड़ा यूरोप दे विच मुल्क सीगा, वी हर एक बंदे नूं पेपर दे दिंदा सीगा। ते ये भी हुण खबर आई आ जिन्हां ने अपने ऑफिशियल पेज ते पाती आ। गूगल ते तुसीं जाके इहनां दे सिर्फ दे पेज ते चैक कर सकदे आ। अक्तूबर दे विच सिर्फ जिहड़ी आ इहनूं क्लोज़ करन लगे आ, सिर्फ बंद हो रही आ। ਅਤੇ ਦੂਜੀ ਕੰਪਨੀ ਆ ਰਹੀ ਹੈ, ਬਟ ਉਹਨਾਂ ਨੇ ਹਾਲੇ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਕੋਈ ਇਹੋ ਜਿਹੀ ਖਬਰ ਨਹੀਂ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੇਪਰ ਇਸ਼ੂ ਕਰਨਗੇ ਜਾਂ ਨਹੀਂ। ਬਟ ਸਿਰਫ ਕਲੋਜ਼ ਹੋ ਰਹੀ, ਇਮੀਗ੍ਰੇਸ਼ਨ ਕਲੋਜ਼ ਹੋ ਰਹੀ ਆ। ਉਦੋਂ ਬਾਅਦ ਇਹ ਪੇਪਰ ਉਹਨੂੰ ਹੀ ਮਿਲਿਆ ਕਰਨਗੇ ਜਿਹੜਾ ਲੀਗਲ ਵੇ ਦੇ ਨਾਲ ਪੁਰਤਗਾਲ ਆਏਗਾ, ਠੀਕ ਹੈ ਜੀ। ਅਤੇ ਇਹ ਜਿਹੜਾ ਖਬਰ ਆ ਇਹ ਹੁਣ ਸ਼ੌਕਿੰਗ ਹੈ। ਜਿਹੜੇ ਬੰਦੇ ਮੇਰੇ ਵੀਰ ਭੈਣ ਭਰਾ ਕੋਈ ਦੂਜੀਆਂ ਕੰਟਰੀਆਂ ਵਿੱਚ ਬੈਠੇ ਆ, ਉਹਨਾਂ ਦਾ ਸੁਪਨਾ ਆ ਕਿ ਪੁਰਤਗਾਲ ਦੇ ਵਿੱਚ ਆਪਣੇ ਪੇਪਰ ਬਣਾਈਏ। ਉਹ ਤੁਸੀਂ ਥੋੜ੍ਹਾ ਅਕਤੂਬਰ ਤੋਂ ਪਹਿਲਾਂ ਜਲਦੀ ਕਰੋ, ਜਾਂ ਤਾਂ ਪੁਰਤਗਾਲ ਮੂਵ ਹੋ ਜਾਓ, ਆਣ ਕੇ ਪੇਪਰ ਬਣਾ ਲਓ, ਜਾਂ ਆਪਣੇ ਪੇਪਰ ਲੌਕ ਕਰਾ ਕੇ ਟੈਕਸ ਪਾਉਣੇ ਸ਼ੁਰੂ ਕਰ ਦਿਓ। ਅਤੇ ਅਕਤੂਬਰ ਦੇ ਵਿੱਚ ਇੱਥੇ ਇੱਕ ਵਾਰੀ ਆਣ ਕੇ ਪੁਰਤਗਾਲ ਗੇੜਾ ਲਾ ਕੇ ਇੱਥੇ ਆਪਣੀ ਥੋੜ੍ਹੀ ਬਹੁਤੀ ਸ਼ੋਪਿੰਗ ਜਾਂ ਕੁਛ ਜਿਸ ਤਰ੍ਹਾਂ ਹੁੰਦਾ ਆ ਕਿ ਇੱਥੇ ਤਾਂ ਤੁਹਾਡੇ ਕੋਈ ਨਾ ਕੋਈ ਸਬੂਤ ਹੋਵੇ, ਜਿੱਦਾਂ ਕਿ ਸੋ ਆਪਣਾ ਨੰਬਰ ਮਿਲਦਾ ਉਹਨੂੰ ਕੰਟਰੀਬਿਊਟ ਨੰਬਰ ਕਹਿੰਦੇ, ਫਾਈਨਾਂਸ ਨੰਬਰ ਨੂੰ, ਜਦੋਂ ਆਪਾਂ ਕੋਈ ਸਮਾਨ ਖਰੀਦਦੇ ਹਾਂ ਤਾਂ ਉੱਥੇ ਉਹ ਨੰਬਰ ਲਿਖਾਈਦਾ ਆ, ਅਤੇ ਉਹ ਆਪਣੇ ਖਾਤੇ 'ਚ ਚੜ੍ਹ ਜਾਂਦਾ ਸਮਾਨ ਵੀ, ਬੰਦਾ ਇੱਥੇ ਆ ਕੋਈ ਸਮਾਨ ਵਗੈਰਾ ਲੈਂਦਾ ਆ। ਉਹ ਸਿਸਟਮ ਤੁਸੀਂ ਆਣ ਕੇ ਕਰੋ। ਜਿਹੜੇ ਮੇਰੇ ਵੀਰ ਭੈਣ ਭਰਾ ਦੂਜੀਆਂ ਕੰਟਰੀਆਂ 'ਚ ਬੈਠੇ ਆ, ਉਹਨਾਂ ਕੋਲ ਸਿਰਫ ਆਖਰੀ ਮੌਕਾ ਇਹ ਪੇਪਰ ਬਣਾਉਣ ਦਾ, ਉਦੋਂ ਬਾਅਦ ਪੇਪਰ ਨਹੀਂ ਬਣਨੇ, ਕਿਉਂਕਿ ਹੋਰ ਯੂਰਪ ਦੇ ਵਿੱਚ ਕੋਈ ਇਹੋ ਜਿਹੀ ਕੰਟਰੀ ਨਹੀਂ ਜਿਹੜੀ ਤੁਹਾਨੂੰ ਪੇਪਰ ਇੰਨੀ ਜਲਦੀ ਦੇ ਸਕੇ। ਸਪੇਨ ਕੰਟਰੀ ਪੇਪਰ ਦਿੰਦੀ ਆ, ਬਟ ਉੱਥੇ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ, 2 ਸਾਲ ਇੱਕੋ ਹੀ ਐਡਰੈਸ 'ਤੇ ਤੁਹਾਨੂੰ ਰਹਿਣਾ ਪੈਂਦਾ ਅਤੇ ਇੱਕੋ ਹੀ ਮਾਲਕ ਦੇ ਕੋਲ ਕੰਮ ਕਰਨਾ ਪੈਂਦਾ, ਫਿਰ ਜਾ ਕੇ ਤੁਹਾਡੀ ਉਹ ਜਿਹੜੀ ਐਕਸੈਪਟ ਹੁੰਦੀ ਆ ਅਤੇ ਫਿਰ ਤੁਹਾਨੂੰ ਉਹ ਪੇਪਰ ਜਿਹੜੇ ਆ ਗ੍ਰਾਂਟ ਹੁੰਦੇ ਆ। ਅਤੇ ਪੁਰਤਗਾਲ ਦੇ ਪੇਪਰ ਜਿਹੜੇ ਆ ਇਹ ਹੁਣ ਬੰਦ ਹੋ ਰਿਹਾ ਜੀ। ਕਾਫੀ ਵੀਡੀਓ ਵੀ ਮੈਂ ਟਿਕਟੋਕ 'ਤੇ ਦੇਖੀਆਂ, ਮੈਂ ਫਿਰ ਕਨਫਰਮ ਕਰਨ ਵਾਸਤੇ ਇਹਨਾਂ ਸੈਫ ਦੇ ਪੇਜ 'ਤੇ ਗਿਆ, ਉੱਥੇ ਜਾ ਕੇ ਵੀ ਦੇਖਿਆ ਅਤੇ ਇਹਨਾਂ ਨੇ ਡੈਡਲਾਈਨ ਦੇ ਦਿੱਤੀ ਅਕਤੂਬਰ ਦੀ ਜੀ, ਅਕਤੂਬਰ 2023 ਇਹ ਸੈਫ ਜਿਹੜੀ ਆ ਕਲੋਜ਼ ਹੋ ਰਹੀ ਆ। ਅਤੇ ਜਿਹਨੇ ਕਿਸੇ ਨੇ ਪੇਪਰ ਪੂਪਰ ਲਾਉਣੇ ਆਪਣੇ ਦੂਜੀਆਂ ਕੰਟਰੀਆਂ ਦੇ ਵਿੱਚੋਂ, ਉਹ ਉਹਨਾਂ ਕੋਲ ਆਖਰੀ ਮੌਕਾ ਆ, ਉਹ ਹੁਣ ਪੇਪਰ ਆਪਣੇ ਲਾ ਸਕਦੇ ਆ। ਇਹਨੂੰ ਅਕਤੂਬਰ ਤੋਂ ਬਾਅਦ ਪੇਪਰ ਨਹੀਂ ਲੱਗਣੇ, ਅਕਤੂਬਰ ਤੋਂ ਬਾਅਦ ਜਿਹੜਾ ਲੀਗਲ ਆਊਗਾ ਪੁਰਤਗਾਲ ਦੇ ਵਿੱਚ ਉਹਨੂੰ ਹੀ ਇਮੀਗ੍ਰੇਸ਼ਨ ਮਿਲੂਗੀ, ਦੂਜੇ ਨੂੰ ਨਹੀਂ। ਅਤੇ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ, ਕਿਸੇ ਦਾ ਭਲਾ ਹੋ ਸਕੇ ਇਸ ਜਾਣਕਾਰੀ ਨਾਲ, ਤਾਂ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਜਿਹੜੇ ਮੇਰੇ ਵੀਰ ਭੈਣ ਭਰਾ ਪੱਕੇ ਹੋਣ ਦਾ ਸੁਪਨਾ ਲੈ ਕੇ ਇੱਥੇ ਯੂਰਪ ਆਏ ਆ, ਉਹਨਾਂ ਦਾ ਸੁਪਨਾ ਪੂਰਾ ਹੋ ਸਕੇ। ਧੰਨਵਾਦ।